ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਘਰ ਦੇ ਬਾਹਰ ਗਲੀ 'ਚ ਦੋ ਸ਼ਖਸ ਖੜੇ ਦਿਖਾਈ ਦੇ ਰਹੇ ਨੇ, ਜਿਸ ਦੇ ਵਿੱਚੋਂ ਇੱਕ ਸ਼ਖਸ ਤਾਂ ਬਾਈਕ ਦੇ ਉੱਤੇ ਬੈਠਾ ਜਦਕਿ ਦੂਸਰਾ ਸ਼ਖਸ ਘਰ ਦੇ ਗੇਟ ਦੇ ਕੋਲ ਖੜਾ ਹੈ। ਤਾਂ ਦੱਸਦੀ ਹੈ ਕਿ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਮੌਕਾ ਮਿਲਣ ਤੇ ਚੋਰੀ ਕਰਨ ਵਾਲੇ ਨੇ, ਜਿਨ੍ਹਾਂ ਨੇ ਇੱਕ ਘਰ ਦੇ ਵਿੱਚੋਂ ਵਾਸ਼ਿੰਗ ਮਸ਼ੀਨ ਨੂੰ ਵੀ ਚੋਰੀ ਕਰ ਲਿਆ ਅਤੇ ਬਾਈਕ ਦੇ ਉੱਤੇ ਹੀ ਲੈ ਕੇ ਫਰਾਰ ਹੋ ਗਏ ਨੇ। ਤਾਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਬਠਿੰਡੇ ਤੋਂ, ਜਿੱਥੇ ਕਿ ਇੱਕ ਘਰ ਦੇ ਵਿੱਚੋਂ ਇਹਨਾਂ ਚੋਰਾਂ ਦੇ ਵੱਲੋਂ ਵਾਸ਼ਿੰਗ ਮਸ਼ੀਨ ਨੂੰ ਚੱਕਿਆ ਗਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਇਸ ਸ਼ਖਸ ਨੂੰ ਮੌਕਾ ਮਿਲਦਾ ਹੈ ਤਾਂ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਦਾਖਲ ਹੋਣ ਤੋਂ ਬਾਅਦ ਕੁਝ ਹੀ ਦੇਰ ਦੇ ਵਿੱਚ ਉਹ ਘਰ ਦੇ ਅੰਦਰੋਂ ਇੱਕ ਵਾਸ਼ਿੰਗ ਮਸ਼ੀਨ ਨੂੰ ਕੱਢ ਲਿਆਉਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਐਡੀ ਵੱਡੀ ਵਾਸ਼ਿੰਗ ਮਸ਼ੀਨ ਨੂੰ ਉਹ ਬਾਈਕ ਦੇ ਉੱਤੇ ਹੀ ਚੁੱਕ ਕੇ ਫਰਾਰ ਹੋ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਚੋਰਾਂ ਦੇ ਹੌਸਲੇ ਜੋ ਨੇ ਉਹ ਹੁਣ ਬਿਲਕੁਲ ਬੇਖੌਫ ਨੇ, ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ਰੇਆਮ ਦਿਨ ਦਿਹਾੜੇ ਘਰ ਦੇ ਵਿੱਚੋਂ ਦੀ ਚੋਰੀ ਕੀਤੀ ਗਈ ਹੈ, ਉਹ ਵੀ ਵਾਸ਼ਿੰਗ ਮਸ਼ੀਨ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਘਰ ਦੇ ਬਾਹਰ ਗਲੀ 'ਚ ਦੋ ਸ਼ਖਸ ਖੜੇ ਦਿਖਾਈ ਦੇ ਰਹੇ ਨੇ, ਜਿਸ ਦੇ ਵਿੱਚੋਂ ਇੱਕ ਸ਼ਖਸ ਤਾਂ ਬਾਈਕ ਦੇ ਉੱਤੇ ਬੈਠਾ ਜਦਕਿ ਦੂਸਰਾ ਸ਼ਖਸ ਘਰ ਦੇ ਗੇਟ ਦੇ ਕੋਲ ਖੜਾ ਹੈ। ਤਾਂ ਦੱਸਦੀ ਹੈ ਕਿ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਮੌਕਾ ਮਿਲਣ ਤੇ ਚੋਰੀ ਕਰਨ ਵਾਲੇ ਨੇ, ਜਿਨ੍ਹਾਂ ਨੇ ਇੱਕ ਘਰ ਦੇ ਵਿੱਚੋਂ ਵਾਸ਼ਿੰਗ ਮਸ਼ੀਨ ਨੂੰ ਵੀ ਚੋਰੀ ਕਰ ਲਿਆ ਅਤੇ ਬਾਈਕ ਦੇ ਉੱਤੇ ਹੀ ਲੈ ਕੇ ਫਰਾਰ ਹੋ ਗਏ ਨੇ। ਤਾਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਬਠਿੰਡੇ ਤੋਂ, ਜਿੱਥੇ ਕਿ ਇੱਕ ਘਰ ਦੇ ਵਿੱਚੋਂ ਇਹਨਾਂ ਚੋਰਾਂ ਦੇ ਵੱਲੋਂ ਵਾਸ਼ਿੰਗ ਮਸ਼ੀਨ ਨੂੰ ਚੱਕਿਆ ਗਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਇਸ ਸ਼ਖਸ ਨੂੰ ਮੌਕਾ ਮਿਲਦਾ ਹੈ ਤਾਂ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਦਾਖਲ ਹੋਣ ਤੋਂ ਬਾਅਦ ਕੁਝ ਹੀ ਦੇਰ ਦੇ ਵਿੱਚ ਉਹ ਘਰ ਦੇ ਅੰਦਰੋਂ ਇੱਕ ਵਾਸ਼ਿੰਗ ਮਸ਼ੀਨ ਨੂੰ ਕੱਢ ਲਿਆਉਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਐਡੀ ਵੱਡੀ ਵਾਸ਼ਿੰਗ ਮਸ਼ੀਨ ਨੂੰ ਉਹ ਬਾਈਕ ਦੇ ਉੱਤੇ ਹੀ ਚੁੱਕ ਕੇ ਫਰਾਰ ਹੋ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਚੋਰਾਂ ਦੇ ਹੌਸਲੇ ਜੋ ਨੇ ਉਹ ਹੁਣ ਬਿਲਕੁਲ ਬੇਖੌਫ ਨੇ, ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ਰੇਆਮ ਦਿਨ ਦਿਹਾੜੇ ਘਰ ਦੇ ਵਿੱਚੋਂ ਦੀ ਚੋਰੀ ਕੀਤੀ ਗਈ ਹੈ, ਉਹ ਵੀ ਵਾਸ਼ਿੰਗ ਮਸ਼ੀਨ।